ਤਾਂ ਸੁਣਿਆ ਹੁਸੈਨ ਮੁਹਸਿਨ ਖਾਨ ਦਾ ਬਿਆਨ, ਉਹ ਤਾਂ ਕੋਈ ਇਲਮ ਠੀਕ ਗਿਆ ਸੀ ਜਿਹਦੇ ਬਾਰੇ ਕਿਆ ਫਰਮੇ ਸੋ ਜਾਮਪੁਰ ਜ਼ਿਲ੍ਹਾ। ਜਾਮਪੁਰ ਜ਼ਿਲ੍ਹੇ ਦੇ ਅਸਾਂ ਤੇ ਹਾਮੀ ਸਾ ਪੁਰਜ਼ੋਰ ਹਾਮੀ ਹੂੰ, ਬਲਕਿ ਤੁਹਾਨੂੰ ਇਲਮ ਜੋ ਸੀ ਇਹ ਜਿਹੜੀ ਮੂਵਮੈਂਟ ਚੱਲਦੀ ਰਹਿ ਗਈ ਹੈ ਆਪਣਾ ਜਾਮਪੁਰ ਦੇ ਸਾਡੇ ਨੌਜਵਾਨ ਤਬਕਾ ਬਹੁਤ ਰਹਾ ਅਸਾਂ ਨਾਲ ਨਾਲ, ਬਲਕਿ ਉਹਨਾਂ ਨੂੰ ਡਰਾਫਟ ਕਰਨ ਵਿੱਚ ਵੀ ਹੈਲਪ ਕਰਨ ਅੱਗੋਂ ਤੁਸੀਂ ਹੁੰਦੇ ਰਹੇ, ਮੇਰੇ ਕੋਲ ਜੋ ਕੀ ਹੈ ਮੈਂ ਨਾਲ ਰਹਿ ਗਿਆ ਉਹਨਾਂ ਨੂੰ ਅਦਾ ਦਸ਼ਮਾਰ ਫਰਾਮ ਕਰਨ। ਤਾਂ ਮੈਂ ਸਮਝਦਾ ਪੀ ਟੀ ਆਈ ਦੇ ਜਿਹੜੇ ਹੋਣ ਮੰਤਰੀ ਹਨ ਐਮ ਪੀ ਏ ਐਮ ਐਨ ਏ ਸਾਹਿਬਾਨ, ਇਹਨੇ ਵੀ ਭਰਪੂਰ ਲੋਕਾਂ ਕੋਲ ਇਹ ਆਸਰਾ ਦਿੱਤੇ, ਵਾਅਦੇ ਕੀਤੇ ਨੇ ਜੀ ਅਸੀਂ ਜ਼ਿਲ੍ਹਾ ਬਣੇ। ਮੈਂ ਸਮਝਦਾ ਅਗਰ ਜ਼ਿਲ੍ਹਾ ਬਣਾਉਣ ਦਾ ਇਹਨੇ ਕੋਲ ਅੱਲਾਹ ਤਾਲਾ ਨੇ ਸੁਨਹਿਰਾ ਮੌਕਾ ਦਿੱਤੇ, ਅਗਰ ਇਹਨੇ ਮੈਂ ਸਮਝਦਾ ਜ਼ਿਲ੍ਹਾ ਨਾ ਬਣਾਇਆ ਇਹਨੇ ਕੋਲ ਨਾਕਾਬਲੇ ਤਲਾਫ ਨੁਕਸਾਨ ਕੀਤੇ ਔਰ ਆਵਾਮ ਦਾ ਤਾਂ ਨੁਕਸਾਨ ਹੈ ਹੀ ਹੈ, ਲੇਕਿਨ ਇਹਨੇ ਕੋਲ ਜ਼ਾਤੀ ਤੌਰ 'ਤੇ ਮੈਂ ਸਮਝਦਾ ਸਿਆਸੀ ਤੌਰ 'ਤੇ ਬੜਾ ਨੁਕਸਾਨ ਸੀ। ਇਹਨੂੰ ਚਾਹੀਦਾ ਜਿਹੜੇ ਵਾਅਦੇ ਕੀਤੇ ਨੇ ਇਹਨੇ ਕੋਲ ਖੁਦਾ ਮੌਕਾ ਦਿੱਤੇ, ਅੱਜ ਪੀ ਟੀ ਆਈ ਦੀ ਹਕੂਮਤ ਹੈ, ਅੱਜ ਚੀਫ ਮਿਨਿਸਟਰ ਕਨੇ ਆਪਣੇ ਸਾਰੇ ਮਸਾਇਲ ਹੱਲ ਕਰਾ ਸਕਦੇ ਹਨ। ਦੇਖੋ ਨਾ ਹੇਕ ਜ਼ਿਲ੍ਹਾ ਬਣਾਉਣ ਕਿਤਨੇ ਮਸਾਇਲ ਹੱਲ ਕੀਤੇ, ਨਵਾਂ ਜ਼ਿਲ੍ਹਾ ਹੀ ਸੈਕਟਰੀਏਟ ਬਣ ਸੀ, ਨਵੇਂ ਬੇਸ਼ੁਮਾਰ ਪੋਸਟਾਂ ਮਨਜ਼ੂਰ ਕੀਤੇ, ਤੁਹਾਡੇ ਸਾਡੇ ਫਾਸਲੇ ਘੱਟ ਵੇ ਸਨ ਜਿਹੜੇ ਅਸਾਂ ਨੂੰ 70-80 ਕਿਲੋਮੀਟਰ ਪਰੇ ਵੰਜਣਾ ਪਾਉਂਦੇ, ਉਸ ਤੋਂ ਨੇੜੇ ਘਰ ਦੇ ਨੇੜੇ ਜਾਂ ਪੂਰੇ ਸਾਰੇ ਮਸਾਇਲ ਹੱਲ ਕੀਤੇ। ਭਲਾ ਇਹ ਨਵੇਂ ਜ਼ਿਲ੍ਹੇ ਦੇ ਕਿਆਮ ਨਾਲ ਤਹਿਸੀਲਾਂ ਲਾਮਹਾਲਾ ਨਵੇਂ ਬਣਿਆ ਹੋਣ, ਦਾਜਰ ਸ਼ਾਇਦ ਤਹਿਸੀਲ ਬਣੀ ਹੋਈ, ਮੁਹੰਮਦਪੁਰ ਤਹਿਸੀਲ ਬਣੀ ਹੋਈ, ਹਾਜੀਪੁਰ ਬਣੀ ਹੋਈ, ਸ਼ਾਇਦ ਟ੍ਰੈਵਲ ਏਰੀਆ ਤਹਿਸੀਲ ਬਣੀ ਹੋਈ ਹੈ। ਇਹ ਸਾਰੇ ਫਾਇਦੇ ਬੇਸ਼ੁਮਾਰ ਫਾਇਦੇ ਨੇ ਹਿਕ ਜ਼ਿਲ੍ਹਾ ਬਣ। ਮੈਂ ਸਮਝਦਾ ਅਗਰ ਮੌਜੂਦਾ ਜਿਹੜੇ ਸਾਡੀ ਗਵਰਨਮੈਂਟ ਨੇ ਜ਼ਿਲ੍ਹਾ ਨਾ ਬਣਾਇਆ ਤਾਂ ਬਹੁਤ ਬਦਕਿਸਮਤੀ ਹੈ।